ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੀ ਬਠਿੰਡੇ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਹੈ। ਤਕਰੀਬਨ ਸਾਡੀਆਂ 40 ਸੀਟਾਂ ਅਨਾਊਂਸ ਹੋ ਗਈਆਂ, ਬਾਕੀ ਸੀਟਾਂ ਸਾਡੀਆਂ ਜਲਦੀ ਹੀ ਅਨਾਊਂਸ ਹੋ ਜਾਣਗੀਆਂ। ਅੱਜ ਮੈਂ ਤਕਰੀਬਨ 7 ਜਗ੍ਹਾ 'ਤੇ ਮੇਰੀ ਪ੍ਰੋਗਰਾਮ ਹੈ। ਪਿਛਲੇ ਕਈ ਦਿਨਾਂ ਤੋਂ ਮੈਂ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ 'ਚ ਜਾ ਕੇ ਆਇਆ, ਮਿਊਨਿਸਪਲ ਕਮੇਟੀਆਂ 'ਚ ਜਾ ਕੇ ਆਇਆ। ਬਹੁਤ ਵਧੀਆ ਰਿਸਪੋਂਸ ਲੋਕਾਂ ਦਾ ਹੈ, ਜਨਤਾ ਦਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ 4 ਸਾਲ ਪੰਜਾਬੀਆਂ ਦੇ ਬਰਬਾਦ ਕਰ ਦਿੱਤੇ। ਸ਼ਹਿਰਾਂ ਅਤੇ ਕਮੇਟੀਆਂ 'ਚ 1 ਰੁਪਈਆ ਨਹੀਂ ਆਇਆ, ਜਿੱਥੇ ਡਿਵੈਲਪਮੈਂਟ ਅਸੀਂ ਛੱਡ ਕੇ ਗਏ ਸੀ ਉੱਥੇ ਹੀ ਰਹਿ ਗਈ ਹੈ। ਸੋ ਆਹ ਜਿਹੜਾ ਇਲੈਕਸ਼ਨ ਹੈ, ਪਤਾ ਲੱਗ ਜੂ ਕਾਂਗਰਸ ਨੂੰ। ਅਤੇ ਮੈਂ ਸਾਰੇ ਅਫਸਰ ਸਾਹਿਬਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਹੈ। ਆ ਕਾਂਗਰਸ ਦੀ ਸੋਚ ਹੈ ਧੱਕਾ ਕਰਨਾ, ਕਾਂਗਰਸ ਦੀ ਸੋਚ ਹੈ। ਸਾਰੇ MLA ਕੋਸ਼ਿਸ਼ ਕਰ ਰਿਹਾ ਕਿ ਕਾਂਗਰਸ ਰਿਜੈਕਟ ਕਰਾ ਕੇ ਅਸੀਂ ਆਪਣੇ ਕੈਂਡੀਡੇਟ ਨੂੰ ਜਿਤਾ ਦਈਏ। ਪਰ ਮੈਂ ਅਫਸਰ ਸਾਹਿਬਾਂ ਨੂੰ ਬੇਨਤੀ ਕਰਦਾ, ਤੁਸੀਂ ਇਹਨਾਂ ਦੀ ਗੱਲ 'ਚ ਨਾ ਆਓ। ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਦਾ ਕਿ ਸਟਰੋਂਗ ਇਲੈਕਸ਼ਨ ਹੋਣਾ ਚਾਹੀਦਾ ਹੈ। ਐਂ ਨਹੀਂ ਹੋਣਾ ਚਾਹੀਦਾ ਜਿਵੇਂ ਪਿਛਲੀ ਵਾਰ ਪੰਚਾਇਤਾਂ ਦੇ ਇਲੈਕਸ਼ਨ ਵਿੱਚ ਕਾਗਜ਼ ਹੀ ਨਹੀਂ ਦਾਖਲ ਕਰ ਦਿੱਤੇ ਅਤੇ ਯੂਨੈਨਮਸ ਕਲਿੱਕ ਕਲਿੱਕ ਕਰਤਾ। ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦਾ ਮਤਲਬ ਹੈ ਇਕੁਅਲ ਰਾਈਟ। ਮਤਲਬ ਨਹੀਂ ਕਿ ਤੁਸੀਂ ਸਰਕਾਰ ਹੋ ਅਤੇ ਸਰਕਾਰ ਨਾਲ ਧੱਕਾ ਕਰ ਸਕੋ। ਪਹਿਲੇ ਤਾਂ ਇਹਨਾਂ ਨੇ ਧੱਕਾ ਕੀਤਾ ਵਾਰਡਬੰਦੀ 'ਚ, ਕਿਸੇ ਵਾਰਡ 4000 ਵੋਟ ਹੈ, ਕਿਸੇ ਵਾਰਡ 'ਚ 500 ਵੋਟ ਹੈ। ਕਈ ਸਾਡੇ ਪੂਰੇ ਪੰਜਾਬ 'ਚ ਪਤਾ ਲੱਗਿਆ, ਕਈ ਮੰਡੀਆਂ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਰ ਸੀ ਉਹਨਾਂ ਦੀ ਵੋਟਾਂ ਹੀ ਕੱਟਤੀਆਂ, ਜਿਹੜੇ ਸਾਡੇ ਕੈਂਡੀਡੇਟ ਬਣਨ ਵਾਲੇ ਸੀ ਉਹਨਾਂ ਦੀ ਵੋਟਾਂ ਹੀ ਕੱਟਤੀਆਂ। ਇਸ ਤਰੀਕੇ ਨਾਲ ਉਹ ਲੱਗੇ ਹੈ, ਸਾਰੇ ਪੰਜਾਬ 'ਚ ਕਾਂਗਰਸ ਲੱਗੀ ਹੈ। ਸੋ ਵਿਚ ਇਜ਼ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿੰਦਾ ਇਹਦਾ ਨੋਟ ਲੈਣਾ ਚਾਹੀਦਾ ਹੈ। ਕਈ ਇੱਥੇ ਪੁਲਿਸ ਅਫਸਰ ਹੈ ਜਿਹੜੇ ਇੱਥੇ 4-4, 5-5 ਸਾਲ ਹੋ ਗਏ, ਜਿਹੜੇ ਜਿਹੜਾ ਇਲੈਕਸ਼ਨ ਦਾ ਕੋਡ ਦੀ ਪ੍ਰੋਵੀਜ਼ਨਸ ਹੈ ਉਹ ਵੀ ਇੱਥੇ ਉਹ ਨਹੀਂ ਰਹਿ ਸਕਦੇ। ਸੋ ਉਹਨਾਂ ਨੂੰ ਵੀ ਉਹਨਾਂ ਬਦਲਣਾ ਚਾਹੀਦਾ। ਸਵਾਲ ਸੁਬੀਰ ਜੀ, ਕੇਂਦਰ ਸਰਕਾਰ ਨਾਲ ਮੀਟਿੰਗ ਲਗਾਤਾਰ ਹੋ ਰਹੀ ਹੈ ਕਿਸਾਨਾਂ ਦੀ, ਲੇਕਿਨ ਬੇਸਿੱਟਾ ਮੀਟਿੰਗ ਰਹਿ ਗਈ, ਕੱਲ੍ਹ ਵੀ ਕੋਈ ਨਤੀਜਾ ਨਹੀਂ ਆਇਆ, ਹੁਣ ਲੱਗ ਰਿਹਾ ਕੋਈ ਗੱਲ ਬਣੂਗੀ ਉਹਨਾਂ ਦੀ ਆਪਸ ਵਿੱਚ? ਸੀ ਸੈਂਟਰ ਸਰਕਾਰ 'ਤੇ ਨਿਰਭਰ ਹੈ, ਸੈਂਟਰ ਸਰਕਾਰ ਸੀਰੀਅਸ ਨਹੀਂ ਹੈ, ਉਹਦਾ ਇੰਟੈਂਸ਼ਨ ਠੀਕ ਨਹੀਂ ਹੈ। ਜੇ ਇੰਟੈਂਸ਼ਨ ਠੀਕ ਹੁੰਦੀ ਤਾਂ 8 ਮੀਟਿੰਗਾਂ ਕਰਨ ਦੀ ਲੋੜ ਹੀ ਨਹੀਂ। ਬੜਾ ਸੌਖਾ ਕੰਮ ਹੈ, ਕਿਸਾਨ ਨਹੀਂ ਚਾਹੁੰਦੇ ਐਕਟ ਤੁਸੀਂ ਵਾਪਸ ਲੈ ਲਓ, ਪਰ ਤੁਸੀਂ ਇੰਨੀ ਰੋਜ਼ ਦੂਜੇ ਦਿਨ, ਕੱਲ੍ਹ ਮੀਟਿੰਗ, ਪਰਸੋਂ ਮੀਟਿੰਗ, ਚੌਥੀ ਮੀਟਿੰਗ, ਸ਼ਾਮ ਨੂੰ ਲੋਕਾਂ ਨੂੰ ਵਿਚਾਰੇ, ਅਤੇ ਲੋਕ ਹਜ਼ਾਰਾਂ ਕਿਸਾਨ ਠੰਡ 'ਚ ਬੈਠੇ, ਮਤਲਬ ਤਕਰੀਬਨ 100 ਦੇ ਨੇੜੇ ਸ਼ਹੀਦ ਹੋ ਗਏ ਹੈ। ਕਿੰਨੇ ਪਰਿਵਾਰ ਤੁਸੀਂ ਉਹਨਾਂ ਨੂੰ ਔਖਾ ਕਰੀ ਜਾਂਦੇ ਹੋ, ਕਿੰਨੇ ਲੋਕਾਂ ਨੂੰ ਗੱਲ ਕਰਦੇ ਵੀ ਡਿਲੇ ਕਰਾਂਗੇ ਤੁਹਾਨੂੰ ਡੇਢ ਸਾਲ ਤੱਕ? ਦੇਖੋ ਕਿਸਾਨ ਜਥੇਬੰਦੀ ਫੈਸਲਾ ਕਰਨ, ਕਿਉਂਕਿ ਉਹਨਾਂ ਕੋਲ ਪ੍ਰਪੋਜ਼ਲ ਗਿਆ ਜਿਹੜਾ ਹੈਗਾ, ਦੇਖਦੇ ਹਾਂ ਕੀ ਹੁੰਦਾ। ਸਰ, ਦਿੱਲੀ ਵਿੱਚ ਆਊਟਰ ਰਿੰਗ ਰੋਡ 'ਤੇ ਕਿਸਾਨ ਕਹਿ ਰਹੇ 26 ਜਨਵਰੀ ਨੂੰ ਕਿਸਾਨ ਪਰੇਡ ਨਿਕਲਣ ਜਾ ਰਹੀ ਹੈ, ਸੁਪਰੀਮ ਕੋਰਟ ਨੇ ਕਹਿਤਾ ਵੀ ਪੁਲਿਸ ਜਿਹੜੀ ਦਿੱਲੀ ਪੁਲਿਸ ਆਪਣੇ ਆਪ ਮੈਨੇਜ ਕਰੇ ਸਾਰਾ ਕੁਝ। ਸੀ ਕਿਸਾਨ ਜਥੇਬੰਦੀ ਨੇ ਸਾਰਾ ਲਿਖਿਆ ਗਿਆ, ਕਿਸਾਨਾਂ ਨੇ ਕਿਹਾ ਕਿ ਅਸੀਂ ਨੈਸ਼ਨਲ ਫਲੈਗ ਲਾ ਕੇ ਅਸੀਂ ਪਰੇਡ ਕਰਾਂਗੇ। ਸੋ ਫਿਰ ਓਬਜੈਕਸ਼ਨ ਕੀ ਹੈ ਉਹਨਾਂ ਨੂੰ ਕਿ ਹਰ ਇਨਸਾਨ ਆਪਣਾ ਇੱਕ ਦੀ ਰਾਈਟ ਹੈ, ਡੈਮੋਕ੍ਰੇਟਿਕ ਰਾਈਟ ਹੈ, ਅਤੇ ਉਹਨਾਂ ਨੂੰ ਅਲਾਓ ਕਰ ਦੇਣਾ ਚਾਹੀਦਾ। ਐਂਡ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਆਹ ਸਾਰਾ ਪੀਸਫੁਲ ਰੱਖਿਆ। ਦੇਖੋ ਐਜੀਟੇਸ਼ਨ ਤਕਰੀਬਨ ਹੁਣ ਕਿੰਨੇ 4-5 ਮਹੀਨੇ ਹੋ ਗਏ, ਪੀਸਫੁਲ ਐਜੀਟੇਸ਼ਨ ਰਿਹਾ। ਇਹਦੇ 'ਚ ਕੋਈ ਵਾਇਲੈਂਸ ਦਾ ਈਵਨ ਪ੍ਰੋਵੋਕੇਸ਼ਨ ਗਵਰਨਮੈਂਟ ਤੋਂ ਹੋਈ, ਪਰ ਫਿਰ ਵੀ ਪੀਸਫੁਲ ਰਿਹਾ। ਸੋ ਮੈਂ ਵਧਾਈ ਦੇਣਾ ਚਾਹੁੰਦਾ। ਸੋ ਉਹਨਾਂ ਨੂੰ ਨੇਚਰ ਜੇ ਪੀਸਫੁਲ ਹੈ ਤਾਂ ਫਿਰ ਸੈਂਟਰ ਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਵੀ ਕਹਿ ਰਿਹਾ ਕਿ ਜਿਹੜੀ ਕਾਂਗਰਸ ਸਰਕਾਰ ਹੈ ਇਲੀਗਲ ਤਰੀਕੇ ਨਾਲ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਕਈ ਪਿੰਡਾਂ ਦੀਆਂ ਵੋਟਾਂ ਕਾਂਗਰਸੀਆਂ ਦੇ ਸ਼ਹਿਰਾਂ 'ਚ ਬਣਾ ਲਈਆਂ, ਜਿਵੇਂ ਤੁਹਾਡੇ ਇੱਕ ਘਰ 'ਚ 85 ਮੈਂਬਰਾਂ ਦੀ ਵੋਟ ਪਾਈ ਹੈ, ਬਣਾਈ ਹੈ, ਅਤੇ ਹੈਕ ਹੁੰਦੇ ਕੋਈ ਨਹੀਂ। ਸੋ 85 ਦਾ ਮਤਲਬ ਪਿੰਡਾਂ ਉਹਨਾਂ ਬੰਦੇ ਕਾਂਗਰਸੀ ਆਪਣੇ 85 ਬੰਦੇ ਲਿਆ ਕੇ ਵੋਟਾਂ ਪਾਉਣਗੇ, ਅਤੇ ਮਿਊਨਸੀਪਲ ਕਮੇਟੀ 'ਚ ਕਿਉਂਕਿ ਵੋਟਾਂ ਹੀ 2000 ਹੁੰਦੀਆਂ ਵਾਰਡ 'ਚ, ਕਿਸੇ 500-700, 2000-2500, 100-100 ਵੋਟ ਦਾ ਤਾਂ ਸਾਰਾ ਕੁਛ ਚੇਂਜ ਹੋ ਸਕਦਾ। ਸੁਬੀਰ ਜੀ, ਰਾਹੁਲ ਗਾਂਧੀ ਵੱਲੋਂ ਬੁੱਕਲੇਟ ਜਾਰੀ ਕੀਤੀ ਹੋਈ ਹੈ, ਉਹ ਕਹਿ ਰਹੇ ਪ੍ਰਧਾਨ ਮੰਤਰੀ ਤੋਂ ਸਮਝਦਾਰ ਕਿਸਾਨ ਨੇ। ਮੈਂ ਇੱਕ ਰਾਹੁਲ ਗਾਂਧੀ ਨੂੰ ਕਹਿਣਾ ਕਹਿੰਦਾ, ਸਭ ਤੋਂ ਜਿਹੜਾ ਮੰਨ ਲੈਣਾ ਭਾਵੇਂ ਫਰੋਡ ਕਹੀਏ, ਭਾਵੇਂ ਮੈਂ ਕਹਿੰਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਬੈਕ ਸਟੈਬਿੰਗ ਫਾਰਮ ਕਿਸਾਨ ਦੀ ਰਾਹੁਲ ਗਾਂਧੀ ਨੇ ਕੀਤੀ ਹੈ।
ਰਾਹੁਲ ਗਾਂਧੀ ਦਾ ਚੋਣ ਪੱਤਰ ਪੜ੍ਹ ਲਓ। ਆ 2019 'ਚ ਰਾਹੁਲ ਗਾਂਧੀ ਨੇ ਕਿਹਾ ਜੇ ਮੈਂ ਪ੍ਰਧਾਨ ਮੰਤਰੀ ਬਣੂੰਗਾ ਦੇਸ਼ ਦਾ, ਮੈਂ ਸਭ ਤੋਂ ਪਹਿਲੇ ਕੰਮ ਕਰੂੰਗਾ ਕਿ ਜਿਹੜੇ ਹੈਗੇ ਆਪਣੇ ਪ੍ਰਾਈਵੇਟ ਮੰਡੀਆਂ ਸਾਰੀਆਂ ਲਾਗੂ ਕਰਾਂਗੇ, ਸਰਕਾਰ APMC ਮੰਡੀਆਂ ਨੂੰ ਬੰਦ ਕਰਾਂਗੇ। ਆਹ ਰਾਹੁਲ ਗਾਂਧੀ ਦਾ ਬਿਆਨ ਹੈ, ਆ ਮੈਨੀਫੈਸਟੋ 'ਚ ਹੈ, ਕਾਂਗਰਸ ਚੋਣ ਮੈਨੂ ਉਵੇਂ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਮੈਨੀਫੈਸਟੋ 'ਚ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੀ ਕਮੇਟੀ ਸੀ ਐਕਟ ਦੀ ਉਹਦੇ ਮੈਂਬਰ ਸੀ, ਅਤੇ ਫਿਰ ਆਹ ਸਾਰਾ ਕੁਛ ਹੀ ਕੈਪਟਨ ਅਤੇ ਕਾਂਗਰਸ ਦੀ ਨਿਗਾਹ ਦੇ ਥੱਲੇ ਹੋਇਆ, ਉਹਨਾਂ ਦਾ ਇੰਟੈਂਸ਼ਨ ਹੈ। ਆਈ ਐਕਟ 10 ਸਾਲ ਪਹਿਲੇ ਆਪਣੇ ਮਨਮੋਹਨ ਸਿੰਘ ਲੈ ਕੇ ਆਏ ਸੀ ਪਾਰਲੀਮੈਂਟ 'ਚ, ਜੋ ਰੌਲਾ ਪਿਆ। ਸੋ ਮੇਰਾ ਮਤਲਬ ਹੈ ਅੱਜ ਜਿੰਨੇ 3 ਐਕਟ ਹੈ, ਆਰਕੀਟੈਕਟ ਬ੍ਰੇਨ ਪਿੱਛੇ ਕਾਂਗਰਸ ਹੈ, ਪਰ ਕਿਉਂਕਿ ਉਹਨੇ ਹੁਣ ਓਪੋਜੀਸ਼ਨ 'ਚ ਆ ਗਈ, ਉਹਨੂੰ ਦੇਖਿਆ ਰੌਲਾ ਪੈ ਗਿਆ, ਹੁਣ ਜਾਣ ਕੇ ਉੱਥੇ ਕਰਨਾ ਚਾਹੁੰਦੇ। ਮੈਂ ਉਹੀ ਕਹਿਣਾ ਚਾਹੁੰਦਾ ਇਹਨਾਂ ਨੂੰ, ਇਹ ਜੀ ਛੋਟੀ ਛੋਟੀ ਗੱਲਾਂ ਦਾ ਕੋਈ ਫਾਇਦਾ ਨਹੀਂ BJP ਸਰਕਾਰ ਨੂੰ। NIA ਦੀ ਰੇਡ ਬਣਾ ਦਿਓ, ED ਦੇ ਭੇਜ ਦਿਓ, ਕੀ ਫਾਇਦਾ? ਤੁਸੀਂ ਪੀਸਫੁਲ ਕਿਸਾਨਾਂ ਨੂੰ ਤੁਸੀਂ ਇੰਸਟੀਗੇਟ ਕਰ ਰਹੇ ਹੋ। ਨਹੀਂ, ਮੈਂ ਕਿਹਾ ਸੀ, ਮੈਂ ਸ਼ੁਰੂ ਤੋਂ ਅਸੀਂ ਕਿਹਾ ਕਰਕੇ, ਅਸੀਂ ਉਦੋਂ ਕਿਹਾ ਕਿ ਸਾਨੂੰ ਉਦੋਂ ਕਿਹਾ ਗਿਆ ਸੀ, ਜ਼ਿੰਮੇਵਾਰੀ ਲੱਗੀ ਸੀ ਕਿ ਜੋ ਪ੍ਰੋਵੀਜ਼ਨ ਜੋ ਕਮੀਆਂ ਤੁਸੀਂ ਆ ਕੇ ਦੱਸੋ ਸਾਨੂੰ, ਤਾਂ ਅਸੀਂ ਚੇਂਜ ਕਰਾਂਗੇ। ਅਸੀਂ ਪਾਰਲੀਮੈਂਟ ਦੇ ਹਾਊਸ ਵਿੱਚ ਕਿਹਾ ਸੀ, ਸਾਰੀ ਪਾਰਲੀਮੈਂਟ ਦੇ ਮਿਨਿਸਟਰਾਂ ਸਾਹਮਣੇ, ਕੋਈ ਪ੍ਰਾਈਮ ਮਿਨਿਸਟਰ ਪਾਰਲੀਮੈਂਟ ਦੇ ਅੰਦਰ ਤੁਸੀਂ, ਤੁਹਾਡੀ ਪ੍ਰਿਵਲੇਜ ਮੋਸ਼ਨ ਹੋ ਸਕਦੀ ਹੈ ਜੇ ਤੁਸੀਂ ਝੂਠ ਬੋਲੋ, ਅਤੇ ਤੁਹਾਨੂੰ MP ਤੋਂ ਦਰਖਾਸਤ ਵੀ ਕਰ ਸਕਦੇ ਹੋ। ਮੈਂ MP ਦੇ ਮਿਨਿਸਟਰਾਂ ਦੇ ਨਾਮ ਵੀ ਲਿਖੇ, ਸਾਰੇ ਤੁਸੀਂ ਬੈਠੇ ਸੀ, ਜੋ ਹਰਸਿਮਰਨ ਨੇ ਕਿਹਾ, ਅਤੇ ਤੁਸੀਂ ਕਿਹਾ ਕਿ ਤੁਸੀਂ ਪ੍ਰੋਵੀਜ਼ਨ ਲੈ ਕੇ ਆਓ। ਸਾਡੀ ਉਦੋਂ ਜ਼ਿੰਮੇਵਾਰੀ ਸੀ ਕਿ ਲੋਕਾਂ ਦੀ, ਕਿਸਾਨਾਂ ਦੀ ਜ਼ਿੰਮੇਵਾਰੀ। ਜਿਵੇਂ ਹੁਣ ਕਿਸਾਨ ਹਰ ਰੋਜ਼ ਮੀਟਿੰਗ 'ਚ ਕਿਉਂ ਜਾਂਦੇ ਹੈ, ਕੋਈ ਹੱਲ ਨਿਕਲੇ? ਉਦੋਂ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ, ਪਰ ਅਸੀਂ ਇੱਕ ਗੱਲ ਤਾਂ ਕਲੀਅਰ ਸੀ ਕਿ ਜੇ ਆ ਵਾਪਸ ਨਾ ਜਾ ਕਿਸਾਨਾਂ ਦੀ ਭਾਵਨਾ ਨਾ ਮੰਨੀ, ਫਿਰ ਅਸੀਂ ਕਿਸਾਨਾਂ ਨਾਲ ਹੈ, ਫਿਰ ਸਰਕਾਰ ਨਾਲ ਨਹੀਂ ਹੈ। ਮੈਂ ਤੁਹਾਨੂੰ ਅੱਜ ਦੱਸਣਾ, ਦੇਖੋ ਮੇਰੀ, ਮੈਨੇ ਜੀ ਨਹੀਂ ਸੀ ਕਹਿੰਦਾ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਦੋਂ ਯੂਨੀਅਨ ਮਿਨਿਸਟਰ ਕੌਣ ਸੀ? ਬੂਟਾ ਸਿੰਘ। ਦੇਸ਼ ਦੇ ਰਾਸ਼ਟਰਪਤੀ ਕੌਣ ਸੀ? ਗਿਆਨੀ ਜੈਲ ਸਿੰਘ। ਕੀ ਉਹਨੇ ਅਸਤੀਫਾ ਦਿੱਤਾ? ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਕੁਰਸੀ ਦੇ ਲਾਲਚ ਸੀ ਉਹਨਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਕੁਰਸੀ ਦੇ ਲਾਲਚ ਨਹੀਂ। ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਕੱਟੀ, ਕਿਉਂ? ਕਿਉਂਕਿ ਕੁਰਸੀ ਦੀ ਲਾਲਚ ਨਹੀਂ। ਜੇ ਕੁਰਸੀ ਲਾਲਚ ਹੁੰਦੀ, 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ, ਅਸੀਂ ਚੀਫ ਮਿਨਿਸਟਰ ਹੋਰ ਹੁੰਦੇ। ਅਸੀਂ ਆਪਣੇ ਅਸੂਲਾਂ ਦੀ ਪਾਰਟੀ ਹੈ, ਅਸੀਂ ਕਲੀਅਰ ਸੀ ਉਹਨਾਂ ਨੂੰ, ਗਵਰਨਮੈਂਟ ਆਫ ਇੰਡੀਆ ਨੂੰ ਕਲੀਅਰ ਕੀਤਾ ਸੀ ਕਿ ਜੇ ਤੁਸੀਂ ਕਿਸਾਨਾਂ ਦੀ ਭਾਵਨਾ ਨਹੀਂ ਮੰਨੋਗੇ, ਅਸੀਂ ਨਹੀਂ ਰਹਿ ਸਕਦੇ। ਸੋ ਅਸੀਂ ਕੋਸ਼ਿਸ਼ ਕੀਤੀ, ਅਸਫਲ ਰਹੀ, ਅਸਤੀਫਾ ਦਿੱਤਾ ਇੱਕਦਮ ਨਾ। ਇੱਕ ਐਂ ਨਹੀਂ, ਅਸਲੀ ਐਕਟ, ਅਸਲੀ ਫੈਸਲੇ ਦੀ ਘੜੀ ਤਾਂ ਪਾਰਲੀਮੈਂਟ ਆ ਨਾ, ਜਦੋਂ ਐਕਟ ਬਣਨਾ। ਜਦੋਂ ਐਕਟ ਬਣਨ ਦਾ ਟਾਈਮ ਆਇਆ, ਉਦੋਂ ਅਸੀਂ ਕਲੀਅਰ ਫੈਸਲਾ ਲਿੱਤਾ। ਉੱਥੇ ਐਂ ਨਹੀਂ ਹੈ ਕਿ ਉਹਦੇ ਵੋਟ ਪਾ ਦਿੱਤੀ ਉੱਥੇ, ਅਤੇ ਬਾਹਰ ਆ ਕੇ ਅਸੀਂ ਦੂਜਾ ਕੀਤਾ ਨਾ, ਅਸੀਂ ਉੱਥੇ ਕਲੀਅਰ ਕੀਤਾ। ਅਤੇ ਜਿਹੜੀ ਕਾਂਗਰਸ ਸੀ ਅਤੇ ਆਮ ਆਦਮੀ ਪਾਰਟੀ ਸੀ, ਉਦੋਂ ਵਾਈਕਆਊਟ, ਵਾਕਆਊਟ ਕਿਉਂ ਕੀਤਾ? ਉਹਨਾਂ ਨੇ ਵੋਟ ਕਿਉਂ ਨਹੀਂ ਇਹਦੇ ਖਿਲਾਫ਼ ਪਾਈ? ਇਕੱਲੇ ਅਸੀਂ ਪਾਉਣ ਵਾਲੇ ਸੀ। ਸੂਬੇ 'ਚ ਕਰੋਨਾ ਵੈਕਸੀਨ ਦੇ ਕਈ ਥਾਵਾਂ 'ਤੇ ਸਾਈਡ ਇਫੈਕਟ ਵੀ ਹੋ ਰਹੇ ਆ, ਖ਼ਬਰਾਂ ਸਾਹਮਣੇ ਆ ਰਹੀਆਂ ਸੀ। ਆਹ ਜਿਹੜੇ ਸਾਰਾ ਕੁਛ ਆ, ਟੈਕਨੀਕਲ ਇਸ਼ੂ ਹੈ, ਜਿਹੜਾ ਆਪਣੇ ਜਿਹੜੇ ਗਵਰਨਮੈਂਟ ਆਫ ਇੰਡੀਆ ਨੂੰ ਬੜੀ ਕੇਅਰਫੁਲੀ ਇਹਦੇ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਕੀ ਇਫੈਕਟ ਉਸ ਕਰਕੇ ਜਾਂ ਹੋਰ ਕਰਕੇ ਆ, ਕਈ ਕਰਕੇ ਹੈ ਜਿਹੜਾ ਹੈਗਾ। ਯਾਰ ਆਇਆ ਰਾਮ ਤਾਂ ਗਾਇਆ ਰਾਮ ਚੱਲਦਾ ਰਹਿੰਦਾ। ਕੋਈ ਪੈਦਾ ਨਹੀਂ, ਗੱਲ ਦੱਸਾਂ, ਕੋਈ ਵਰਕਰ ਜੇ ਪਾਰਟੀ ਛੱਡ ਕੇ ਜਾਂਦਾ, ਇਹਦਾ ਮਤਲਬ ਨਹੀਂ ਹੈ ਕਿ ਪਾਰਟੀ ਨੂੰ ਸੱਟ ਪੈਂਦੀ ਹੈ। ਜਨਤਾ ਨੂੰ ਪਤਾ ਹੈ ਕਿਹਨੂੰ ਵੋਟ ਪਾਉਣੇ। ਕੋਈ ਕਿਸੇ ਦੇ ਕਹਿਣ 'ਤੇ ਐਂ ਨਹੀਂ ਹੁੰਦਾ ਕਿ ਮੈਂ ਚਲੇਗਾ ਤਾਂ ਉੱਧਰ ਚਲੇਗਾ। ਮੈਂ ਉਹ ਕਹਿ ਰਿਹਾ ਕਿ ਇੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਉਹ ਬਣਿਆ ਬੈਠਾ ਹੈ ਜਿਵੇਂ ਕਾਂਗਰਸ ਦਾ ਕਮਿਸ਼ਨ ਹੁੰਦਾ। ਉਹਨੂੰ ਬੇਨਤੀ ਕਰਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ, ਆਪਣੀ ਪਾਵਰ ਨੂੰ ਯੂਟੀਲਾਈਜ਼ ਕਰੋ। ਆ ਕਿਉਂਕਿ ਆ ਇਲੈਕਸ਼ਨ ਕਮਿਸ਼ਨ, ਆਪਾਂ ਤੁਹਾਨੂੰ ਇੱਕ ਗੱਲ ਦੱਸਾਂ, ਆ ਗਵਰਨਮੈਂਟ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਨਹੀਂ ਹੈ, ਆ ਸਟੇਟ ਦਾ ਇਲੈਕਸ਼ਨ ਕਮਿਸ਼ਨਰ ਹੈ ਜਿਹੜਾ ਅਪੁਆਇੰਟਡ ਬਾਈ ਦਾ ਪੰਜਾਬ ਸਟੇਟ ਹੈ। ਆ ਫਰਕ ਹੈ, ਤੁਸੀਂ ਇਹਨੂੰ ਐਂ ਨਾ ਸਮਝੋ ਕਿ ਆ ਸੈਂਟਰਲ ਇਲੈਕਸ਼ਨ ਕਮਿਸ਼ਨ ਦੇ ਥੱਲੇ ਹੈ। ਅੱਜ ਲੋਕਲ ਚੋਣਾਂ ਵਾਸਤੇ ਇੱਕ ਸਟੇਟ ਦਾ ਇਲੈਕਸ਼ਨ ਕਮਿਸ਼ਨ ਬਣਦਾ ਹੈ,
ਜਿਹੜਾ ਇੱਕ ਐਕਸ ਰਿਟਾਇਰਡ ਆਈਐਸ ਆਫਿਸਰ ਸਟੇਟ ਦਾ ਹੁੰਦਾ। ਸੋ ਮੈਂ ਪਿਛਲੀ ਵਾਰ ਵੀ ਪੰਚਾਇਤਾਂ ਦੇ ਇਲੈਕਸ਼ਨ, ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਵਿੱਚ ਇੰਨੀਆਂ ਧਾਂਦਲੀਆਂ ਕੀਤੀਆਂ, ਕਾਗਜ਼ ਰੱਦ ਕਰਤੇ, ਗੋਲੀਆਂ ਚਲਾਈਆਂ, ਇਲੈਕਸ਼ਨ ਪਿੱਛੇ ਕੁਛ ਨਹੀਂ ਕੀਤਾ। ਹੁਣ ਬੇਨਤੀ ਕਰਦਾ ਘੱਟ ਤੋਂ ਘੱਟ ਆਪਣੀ ਥੋੜ੍ਹੀ ਹੋਣ ਤਾਂ ਦਿਖਾਓ। ਹੁਣ ਵੀ ਤੁਸੀਂ ਦੇਖੋ ਸਾਰੀ ਵਾਇਲੇਸ਼ਨਸ ਹੈ, ਕੰਮ ਚੱਲੀ ਮਿਊਂਸੀਪਲ ਕਮੇਟੀਆਂ ਦੇ ਕੰਮ ਚੱਲੀ ਜਾਂਦੇ ਆ, ਧੱਕਾ ਕਰੀ ਜਾਂਦੇ ਆ ਜਿਹੜੇ ਪੁਲਿਸ ਦੇ ਅਧਿਕਾਰੀ। ਪੰਜ ਸਾਲ ਹੋ ਗਏ ਇੱਥੇ ਲੱਗੇ ਆ। ਇੱਕ ਇੱਥੇ ਉਹ ਹੈਗਾ ਪੀ ਟੀ ਪਤਾ ਕਿਹੜਾ ਨਾਂ ਉਹਦਾ ਨਾਂ, ਉਹ ਮੈਨੂੰ ਲੱਗਦਾ ਇੱਥੋਂ ਦੇ ਫਾਈਨੈਂਸ ਮਿਨਿਸਟਰ ਦਾ ਪਹਿਲੇ PA ਵੀ ਰਿਹਾ, ਗਨਮੈਨ ਵੀ ਰਿਹਾ, SHO ਵੀ ਰਿਹਾ, ਸਾਰਾ ਕੁਛ ਹੀ ਹੈ, ਜਿਹਨੂੰ ਕਹਿੰਦੇ ਆ ਝੂਠਾ ਪਰਚਾ ਨਾਲ ਦੇ ਨਾਲ ਬਗੈਰ ਦੇਖੇ ਸਮਝੇ। ਸੋ ਜਿਹੜੇ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਕਲੀਅਰਲੀ ਇਲੈਕਸ਼ਨ ਕਮਿਸ਼ਨ ਨੂੰ ਐਕਸ਼ਨ ਲੈ ਕੇ ਘੱਟ ਤੋਂ ਘੱਟ ਜਿਹੜੇ ਅਫਸਰ ਦਾ ਲਿੰਕ ਓਪਨਲੀ ਕਾਂਗਰਸ ਨਾਲ ਹੈ, ਦੇ ਸ਼ੁੱਡ ਨੋਟ ਬੀ ਪਾਰਟ ਆਫ ਦ ਇਲੈਕਸ਼ਨ ਕਮਿਸ਼ਨ। ਕਿਹੜੀ ਨਹੀਂ, ਮੈਂ ਤਾਂ ਉਹ ਮੈਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਕਰ ਰਿਹਾ, ਮੈਂ ਉਹਦੇ ਵਿੱਚ ਕਮੈਂਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਲੀਡ ਕਰ ਰਹੇ ਆ। ਸੋ ਜਿਹੜਾ ਬੰਦਾ ਲੀਡ ਕਰਦਾ ਹੋਏ, ਪਰ ਇੱਕ ਸ਼ੋਰ ਹੈ ਕਿ ਜੋ ਕਿਸਾਨ ਦਾ ਜੋ ਆਪਣਾ ਹੈਗਾ ਪਰੇਡ ਵਿੱਚ ਸਾਡੇ ਸਾਰੇ ਵਰਕਰ ਪਾਰਟੀਸਪੇਟ ਕਰ ਰਹੇ। ਸੁਖਬੀਰ ਜੀ, ਮੈਂ ਸਾਰੇ ਵਰਕਰਾਂ ਦੀ ਡਿਊਟੀ ਲਾਈ ਹੈ ਕਿ ਉਹ ਪੀਸਫੁਲ ਪਰੇਡ 26 ਜਨਵਰੀ ਕਰ ਰਹੇ, ਅਤੇ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਉਹ ਵੱਡੇ ਪੱਧਰ 'ਤੇ ਉਹਦੇ 'ਚ ਹਿੱਸਾ ਲੈ।